यार ददू डैडी यार मैच्योर पर्सन हो क्यों तुसी लड़ रहे भाई पीपल आर फाइटिंग चंगी मिट्टी पाई है तू जे अस तेरी मां जिंदा होंदी ना मैं तेनू वड़ देना सी ओ तो साढ़े कोल कोई साधन नहीं रहा अपने फैमिली मैंबर बधाण दा ये तो अज मैं तेनू पक्का चुप चुप कर देना सी यार तुसी तो लड़ी जाओ डैडी दादू ये मेरे पांच पेपर हो रहे ने व्हाट विल आई डू किस चीज दा तोड़ा अगला पेपर मैथमेटिक्स दा ओह मैथ्स बेटे मैं थोड़ी हेल्प करांगा डोंट वरी तुहानू पूरा मैथ्स मैं पढ़ावांगा ओह प्लीज डोंट ट्राई दिस एट होम पर्टिकुलरली दिस होम इस घर च ये सफर कता ना करना तू पक्का फेल हो जाएगा फिर मेरी गल सुन शनि बेटे यू आर ए पंजाबी गाय इफ यू वांट टू रीच दोस कामयाबी दोस हाइट्स तो तुम अपनी मेहनत तो ज्यादा भरोसा करना है नहीं मेरे बेटे वो नहीं नहीं यार अपनी गुड लक थी ओ यार सुन तो ले मेनू यार तानू भरोसा रखना एग्जाम विच बैठे अगे वाले बंदे ते पिछे वाले बंदे ते अद्धा कोर्स अगे वाले नु बोलो तैयार करके आए ते बाकी अद्धे दा कोर्स बोलो पिछे वाले नु तैयार करके आंदा दैट्स इट अच्छा ਤੁਹਾਨੂੰ ਇਹ ਪਤਾ ਲੱਗਦਾ ਨਹੀਂ ਹੈ ਕਿ ਤੁਹਾਡਾ ਡਾਈਪਰ ਕਿੱਥੋਂ ਲੀਕ ਹੋ ਰਿਹਾ ਹੈ ਤੁਸੀਂ ਜਰੂਰ ਪੇਪਰ ਲੀਕ ਕਰਵਾ ਲਿਆ ਹੈ ਸਾਡੇ ਬਜ਼ੁਰਗ ਆਦਮੀ ਨਾਲ ਪੁੱਠੀ ਸਿੱਧੇ ਗੱਲਾਂ ਨਾ ਕਰ ਸੌ ਲੱਗੇ ਡੰਡੀਆਂ ਤੋੜਦਾ ਤੇਰੀ ਮੁੱਕਾ ਮਾਰ ਕੇ ਬਦਤਮੀਜੀ ਕਰਦਾ ਪਿਆ ਗਾਇਸ ਆਈ ਹੈਵ ਅ ਪਲਾਨ ਕਿਉਂ ਨਾ ਅਸੀਂ ਬਹੁਤ ਸਾਰੇ ਸੈਂਪਲ ਪੇਪਰਾਂ ਵਿੱਚੋਂ ਇੱਕ ਪੇਪਰ ਕੱਢੀਏ ਤੇ ਉਹਨੂੰ WhatsApp ਤੇ ਵੇਚ ਕੇ ਵਾਇਰਲ ਕਰ ਦਈਏ ਸਾਡਾ ਸੈਂਪਲ ਪੇਪਰ ਚ ਪੇਪਰ ਆਉਂਦਾ ਕਦੀ ਸੈਂਪਲ ਪੇਪਰ ਖੋਲ ਕੇ ਦੇਖੇ ਨਹੀਂ ਯਾਰ ਹੋਈ ਨਹੀਂ ਅਸੀਂ ਰੈਂਡਮਲੀ ਪੇਪਰ ਚੂਜ਼ ਕਰਾਂਗੇ ਅਸੀਂ ਜਦੋਂ ਉਹਨੂੰ WhatsApp ਤੇ ਭੇਜਾਂਗੇ ਬੱਚਿਆਂ ਨੂੰ ਲੱਗੇਗਾ ਉਹੀ ਓਰੀਜਨਲ ਪੇਪਰ ਹੈ ਵਾਹ ਤੇ ਕੱਲ ਨੂੰ ਜਦ ਬੱਚਿਆਂ ਨੂੰ ਪਤਾ ਲੱਗੇਗਾ ਕਿ ਜਿਹੜਾ ਤੁਸੀਂ ਉਹਨਾਂ ਨੂੰ ਪੇਪਰ ਦਿੱਤਾ ਹੈਗਾ ਉਹ ਓਰੀਜਨਲ ਪੇਪਰ ਨਹੀਂ ਹੈਗਾ ਬੱਚਿਆਂ ਦੇ ਮਾਪੇ ਤੁਹਾਨੂੰ ਮਾਰਨ ਨਹੀਂ ਆਣਗੇ ਤੁਹਾਡੀ ਟੋਈ ਸੁਝਾ ਦੂੰਗੇ ਮਾਰ ਮਾਰ ਕੇ ਓ ਯਾਰ ਅਗਰ ਬੱਚਿਆਂ ਨੂੰ ਪਤਾ ਵੀ ਲੱਗ ਗਿਆ ਤਾਂ ਵਟਸ ਦਾ ਬਿਗ ਡੀਲ ਹੋਰ ਕੱਲ ਨੂੰ ਉਹਨਾਂ ਦੇ ਪੇਰੈਂਟਸ ਜਦ ਮੇਰੇ ਨਾਲ ਲੜਨ ਆਉਣਗੇ ਦੈਨ ਆਈ ਵਿਲ ਸੇ ਆਈ ਐਮ ਦਾ ਇਨੋਸੈਂਟ ਬੋਏ ਜਿਹਨੇ ਜਾਣ ਕੇ ਕੀਤਾ ਇਹ ਸਭ ਚੀਜ਼ਾਂ ਸੋ ਦੈਟ ਬੱਚਿਆਂ ਨੂੰ ਅਕਲ ਆਏ ਨੈਵਰ ਟੂ ਡੂ ਚੀਟਿੰਗ ਇਨ ਲਾਈਫ ਹੋਰ ਜਿਹੜਾ ਪੈਸਾ ਅਸੀਂ ਇਹ ਪੇਪਰ ਵੇਚ ਕੇ ਕਮਾਵਾਂਗੇ ਮੈਂ ਉਹਦੇ ਨਾਲ ਤੇਰੀ ਮਾਸੀ ਵਰਗੀਆਂ ਅੱਠ ਜਨਾਨੀਆਂ ਲੈ ਕੇ ਆਊਂਗਾ ਫਿਰ ਠਮਕ 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 ਉਹਨਾਂ ਨੂੰ ਟੇਬਲ 'ਤੇ ਨਚਵਾਉਂਗਾ ਮਜ਼ਾ ਆ ਜਾਏਗਾ ਇਹ ਆਦਮੀ ਪੱਕਾ ਕੁੱਟ ਖਾਏਗਾ ਇਸ ਉਮਰ 'ਚ ਹੱਡੀਆਂ ਛੇਤੀ ਜੁੜਦੀ ਵੀ ਨਹੀਂ ਆ ਗਿਆ ਟਾਈਮ ਮੇਰੇ ਪਿਓ ਦੇ